ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੀ ਸਿਆਸਤ ਦੇ ਵਿੱਚੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਅਕਾਲੀ ਦਲ ਵੱਲੋਂ ਕਰ ਦਿੱਤਾ ਗਿਆ ਅਕਾਲੀ ਦਲ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਬਿਕਰਮ ਮਜੀਠੀਆ ਹੀ ਸਿਰਫ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਨਗੇ ਤੇ ਮਜੀਠਾ ਹਲਕੇ ਤੋਂ ਉਹਨਾਂ ਦੀ ਪਤਨੀ ਗਵੀਨ ਕੌਰ ਚੋਣ ਲੜੇਗੀ ਹਾਲਾਂਕਿ ਬਿਕਰਮ ਮਜੀਠੀਆ ਵੱਲੋਂ ਪਹਿਲਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਆਪਣਾ ਹਲਕਾ ਛੱਡ ਕੇ ਨਵਜੋਤ ਸਿੰਘ ਸਿੱਧੂ ਨੂੰ ਕਰੜੀ ਟੱਕਰ ਦੇਣਗੇ ਤੇ ਹੁਣ ਅੱਜ ਬਿਕਰਮ ਮਜੀਠੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਅਕਾਲੀ ਦਲ ਵੱਲੋਂ ਪਹਿਲਾਂ ਕਿਆਸਰਾਈਆਂ ਦਿਖਾਈਆਂ ਜਾ ਰਹੀਆਂ ਸਨ ਅੱਜ ਬਿਕਰਮ ਮਜੀਠੀਆ ਵੱਲੋਂ ਕਿਆਸਰਾਈਆਂ ਨੂੰ ਸਿੱਧ ਕਰ ਦਿੱਤਾ ਗਿਆ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਸਦਮ ਸਿੱਧਾ ਚੈਲੰਜ ਕਰ ਦਿੱਤਾ ਗਿਆ ਹੈ ਕਿ ਹੁਣ ਮਜੀਠੀਆ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਤੇ ਜਿੱਤ ਕੇ ਵੀ ਦਿਖਾਉਣਗੇ ਤੇ ਨਵਜੋਤ ਸਿੰਘ ਸਿੱਧੂ ਨੂੰ ਕਰੜੀ ਟੱਕਰ ਮਿਲੇਗੀ। ਇਸ ਦੇ ਨਾਲ ਹੀ ਇਹ ਵੀ ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਵੱਲੋਂ ਬੀਤੇ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਝਟਕੇ ਤੋਂ ਝਟਕਾ ਦਿੱਤਾ ਜਾ ਰਿਹਾ ਸੀ। ਕਾਂਗਰਸ ਦੇ ਵੱਡੇ ਦਿੱਗਜ ਵੱਡੇ ਕੌਂਸਲਰਾਂ ਨੂੰ ਵੱਡੇ ਸਰਪੰਚਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਸੀ। ਹੁਣ ਬਿਕਰਮ ਮਜੀਠੀਆ ਨਿੱਤਰ ਕੇ ਸਾਹਮਣੇ ਆਏ ਨੇ ਕਿ ਅੰਮ੍ਰਿਤਸਰ ਤੋਂ ਹੀ ਚੋਣ ਲੜਨਗੇ। ਗਵੀਨ ਕੌਰ ਜੋ ਉਹਨਾਂ ਦੀ ਧਰਮ ਪਤਨੀ ਹੈ ਉਹ ਮਜੀਠਾ ਹਲਕਾ ਸਾਂਭੇਗੀ। ਉਹਨਾਂ ਨੂੰ ਮਜੀਠੇ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਗਵੀਨ ਕੌਰ ਵੱਲੋਂ ਬੀਤੇ ਦਿਨੀ ਆਪਣੇ ਨਾਮਜ਼ਦਗੀ ਪੱਤਰ ਕਵਰਿੰਗ ਕੈਂਡੀਡੇਟ ਦੇ ਤੌਰ 'ਤੇ ਭਰੇ ਗਏ ਸੀ ਤੇ ਉਹ ਹੁਣ ਸਿੱਧ ਹੋ ਚੁੱਕਾ ਹੈ ਕਿ ਗਵੀਨ ਕੌਰ ਬਿਕਰਮ ਮਜੀਠੀਆ ਦਾ ਮਜੀਠਾ ਹਲਕਾ ਸਾਂਭਣਗੇ ਤੇ ਮਜੀਠੀਆ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰਨਗੇ। ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਬਿਕਰਮ ਮਜੀਠੀਆ ਨੂੰ ਵੱਡਾ ਚੈਲੰਜ ਕੀਤਾ ਗਿਆ ਸੀ ਕਿ ਜੇ ਮਜੀਠੀਆ ਦੇ ਪੱਟਾਂ 'ਚ ਦਮ ਹੈ ਤਾਂ ਲੰਗੋਟ ਲਾ ਕੇ ਇਕੱਲਾ ਅੰਮ੍ਰਿਤਸਰ ਤੋਂ ਚੋਣ ਲੜਨ। ਇੱਕ ਵੱਡੀ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਵੇਗੀ ਕਿ ਦੋਨੋਂ ਦਿੱਗਜ ਨੇਤਾ ਦੇ ਵਿੱਚ ਜਿਹੜਾ ਵੀ ਹਾਰੇਗਾ ਉਸਦੀ ਇਹ ਪਹਿਲੀ ਹਾਰ ਹੋਵੇਗੀ, ਭਾਵੇਂ ਨਵਜੋਤ ਸਿੰਘ ਸਿੱਧੂ ਹਾਰਨ ਭਾਵੇਂ ਬਿਕਰਮ ਮਜੀਠੀਆ ਹਾਰਨ। ਹੁਣ ਵੇਖਣਾ ਹੋਵੇਗਾ ਕਿ ਜਿੱਤ ਕਿਸ ਦੀ ਹੁੰਦੀ ਹੈ, ਕਿਹੜਾ ਇਸ ਰਣਨੀਤੀ ਨੂੰ ਜਿੱਤ ਕੇ ਨਿਕਲਦਾ। ਉੱਥੇ ਹੀ ਮਜੀਠੀਆ ਵੱਲੋਂ ਕੀ ਕੁਝ ਕਿਹਾ ਗਿਆ ਪਹਿਲਾਂ ਤੁਹਾਨੂੰ ਮਜੀਠੀਆ ਦਾ ਬਿਆਨ ਸੁਣਾ ਦਿੰਦੇ ਹਾਂ। ਅੱਜ ਇਹ ਫੈਸਲਾ ਜੋ ਦਾਸ ਲਾਲਨ ਲੱਗਿਆ ਮੇਰੇ ਲਈ ਬਹੁਤ ਹੀ ਇਮੋਸ਼ਨਲ ਅਤੇ ਭਾਵੁਕ ਹੋਣ ਵਾਲਾ ਇਹੋ ਜਿਹਾ ਇੱਕ ਜ਼ਿੰਦਗੀ 'ਚ ਕਈ ਹਾਲਾਤ ਬਣਦੇ ਆ, ਆਪਣਿਆਂ ਨੂੰ ਕਦੇ ਛੱਡਿਆ ਨਹੀਂ ਜਾ ਸਕਦਾ। ਔਰ ਖਾਸ ਤੌਰ 'ਤੇ ਮਜੀਠੀਏ ਨੂੰ ਇਹ ਗੱਲ ਨਹੀਂ ਮੇਰੇ ਬਜ਼ੁਰਗਾਂ ਨੇ ਸਿਖਾਈ ਕਿ ਜਿਨ੍ਹਾਂ ਨੇ ਹਮੇਸ਼ਾ ਤੁਹਾਡੀ ਬਾਂਹ ਫੜ ਕੇ ਰੱਖੀ ਹੋਵੇ ਉਹਨਾਂ ਦੀ ਬਾਂਹ ਤੁਸੀਂ ਕਦੇ ਮਰ ਜਿਓ, ਮਿੱਟ ਜਿਓ, ਕੱਟ ਜਿਓ, ਮਗਰ ਉਹਨਾਂ ਦੀ ਬਾਂਹ ਨਾ ਛੱਡੀ। ਮਗਰ ਸਿਆਸੀ ਜੀਵਨ 'ਚ ਜ਼ਿੰਦਗੀ 'ਚ ਕਈ ਮੋੜ ਇਹੋ ਜਿਹੇ ਆਉਂਦੇ ਆ ਜਦੋਂ ਤੁਹਾਨੂੰ ਬਹੁਤ ਵੱਡੇ ਫੈਸਲੇ ਲੈਣੇ ਪੈਂਦੇ ਆ। ਚੁੱਕ ਦਿਓ ਇਹਨੂੰ, ਪਰੇ ਕਰ ਦਿਓ, ਉਹ ਫੋਨ ਵੀ ਚੁੱਕ ਲਓ ਨੇ, ਆਈ ਡੋਂਟ ਚੁੱਕ ਦਿਓ, ਮਾਈਕ ਵਾਈਬ੍ਰੇਸ਼ਨ ਲੈਂਦੇ ਆ, ਮੈਂ ਤਾਂ ਆਫਲਾਈਨ ਚੁੱਕ ਦੇ ਜੋਨੀ ਨੂੰ ਚੁੱਕ ਹੀ ਦਿਓ। ਕੀ ਦਾ ਫੋਨ ਹੈ ਇਹ? ਅੱਜ ਤੇ ਆਫਲਾਈਨ ਕੀਤੇ ਸਾਰੇ ਸਾਰੇ ਪਾਸੇ ਕਰ ਦੋ ਬੰਦ, ਮੇਰੇ ਬੰਦ ਹੀ ਰਹੇ। ਅੱਜ ਮੈਂ ਬੰਦ ਕੀਤੇ ਪਹਿਲਾਂ। ਔਰ ਜੇ ਉਹ ਫੈਸਲਾ ਦਾਸ ਐਲਾਨਣ ਲੱਗਿਆ ਅੱਜ ਸਾਰੇ ਮਜੀਠੇ ਦੇ ਮੇਰੇ ਸੱਜਣ ਜਿਨ੍ਹਾਂ ਨੇ ਮੇਰੀ ਹਰ ਲੜਾਈ 'ਚ, ਚਾਹੇ ਉਹ 2007 ਦੀ ਸੀ ਚਾਹੇ 2009 ਦੀ ਪਾਰਲੀਮੈਂਟ ਦੀ ਨਵਜੋਤ ਸਿੱਧੂ ਦੀ ਇਲੈਕਸ਼ਨ ਸੀ ਚਾਹੇ 2012 ਦੀ ਦਾਸ ਦੀ ਇਲੈਕਸ਼ਨ ਸੀ 2014 ਦੀ ਜੇਟਲੀ ਸਾਹਿਬ ਦੀ ਇਲੈਕਸ਼ਨ ਸੀ 2017 ਦੀ ਦਾਸ ਦੀ ਇਲੈਕਸ਼ਨ ਸੀ ਜਾਂ 2019 ਦੀ ਜਦੋਂ ਇੱਥੋਂ ਪੁਰੀ ਸਾਹਿਬ ਲੜੇ ਸੀ ਉਹ ਇਲੈਕਸ਼ਨ ਸੀ। ਇਹ ਸਾਰੀ ਇਲੈਕਸ਼ਨਾਂ 'ਚ ਸਾਰੇ ਤਾਂ ਨਹੀਂ ਪਹੁੰਚ ਸਕੇ ਕਿਉਂਕਿ ਛੋਟੇ ਸਮੇਂ 'ਚ ਜਿੰਨਾ ਕੁ ਇੱਥੇ ਪਹੁੰਚ ਸਕੇ ਆ, ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੋਂ ਸ਼੍ਰੋਮਣੀ ਅਕਾਲੀ ਦਲ ਅਤੇ ਦਾਸ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ, ਯਕੀਨੀ ਬਣਾਇਆ, ਜੋ ਸਾਰੇ ਸੱਜਣ ਇੱਥੇ ਆਏ ਆ, ਔਰ ਮੈਂ ਧੰਨਵਾਦੀ ਹਾਂ ਉਹਨਾਂ ਦਾ, ਦਿਲ ਦੀਆਂ ਗਹਿਰਾਈਆਂ 'ਚੋਂ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ। ਔਰ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਲੈਣ ਤੋਂ ਬਾਅਦ, ਕਿਉਂਕਿ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਜਿਸ ਦਿਨ ਪਾਰਟੀ ਨੇ ਮੈਨੂੰ ਅੰਮ੍ਰਿਤਸਰ ਪੂਰਬੀ 'ਚੋਂ ਐਲਾਨਿਆ
जिथे भी मैं अमृतसर पूर्वी चाहता सी मैनू एक सवाल होंदा सी कि जब तू दोवें सीटा जित जाएगा तो तू सीट केड़ी रखेगा और किथे ना किथे मेरे मन ते वो गल असर करती सी कि यार जे अज ही झूठ बोलांगे जे बुनियाद ही घर की कमजोर होवे नीयां ही कमजोर होण ते फिर किवें निभ सकांगे। और जो थो वड़ वडेरिया ने बजुर्गों ने सिखाया कि उस गल दे उल्ट नहीं, इसलिए मैं इन्हां सारिआं नाल पिछले कई दिनों च मीटिंग की आपदे साथियों नाल ते मैं इन्हां नूं यह कहा कि बड़ा औखा फैसला लेना पै रहा, चुनौती वाला फैसला लेना पै रहा कि आ न्याणा भरा चंगा कि आ भरा चंगा, भरा दोवें चंगे ने, मगर क्योंकि टैक्निकल एक गल बन जाती है कि जब तुसी एमएलए दो हलकों चो बन जाओ तो थोनू एक हलका टैक्निकली छड्डना पैंदा, इसलिए यह फैसला मजीठे दे निवासियां दा दिल दुल दियां गहराइयां चो दोवें हाथ जोड़ के उन्हां दी इजाजत लैण तो मगरों, उन्हां दा आशीर्वाद लैण तो मगरों, उन्हां दी थापी लैण तो मगरों अज दास अनाउंसमेंट कर रहा कि मजीठे हल्के चो मेरी धर्मपत्नी गनीब कौर जी उत्थों इलैक्शन लड़नगे और दास अमृतसर ईस्ट श्री अमृतसर साहब दी पूर्वी हलके तो इलेक्शन लड़ूगा। ठीक है जी, यही फैसला। और मैं समझदा दिस इज फर्ज नूं निभाउंदिआं कॉल ऑफ ड्यूटी है, क्योंकि जेड़े सवाल करदे सी मेरे सज्जन मित्र कि जब तेनू दोवें सीटा जिता देंगे तू कि खड़ेगा, हुण कोई फर्क नहीं रह जाना चाहिए, खड़ांगा मैं दोवां नाल, खड़ांगा मैं पंजाब नाल, खड़ांगा मैं माझा मालवे दुआबे नाल, मगर जिम्मेवारी तौर पर एज एमएलए दे रूप से जे मैं दास नूं ये माण मिलदा है तो मेरी जिम्मेवारी अमृतसर पूर्वी की होगी और मेरी धर्मपत्नी जिदे लिए आप एक बड़ा वड्डा फैसला सी, उन्हूं बेचारी नूं दो दिन पहला तक तो पता ही नहीं सीगा कि इस तरह भी हो सकता। शीज कदे मेरी इलैक्शन च मेरे पेरेंट्स ने मेरी वाइफ ने हमेशा अरदासा बेनतियां तक तो कीतियां ने, तो गां उन्होंने कदे वध चढ़ के हिस्सा नहीं लिया, मेरा सारे रोल इन्होंने निभाए है जिन्हें सज्जन मित्र बैठे। और अज दास ये महसूस कर रहा सी हू कुड बी बैटर, देखो हसबेंड वाइफ का घर वाले घर वाली का रिश्ता ही एडा पवित्र होंदा, और जिस उस इंसान नूं मैं जिम्मेवारी दिती है जो इंसान मेरे बच्चों की परवरिश कर रहा, सो उहनूं ये वड्डी जिम्मेवारी कि उस हल्के की सेवा तुसी करनी है जिस हल्के ने मैनूं ये मान सत्कार बख्शा, और मैं उम्मीद करदा और मेरा हमेशा ही साथ, ये नहीं कि कोई ये समझे कि अज मजीठे नूं छड़ता, मजीठे नूं तां छड़ नहीं सकदे कदे, जिवें परिवार नूं तां कदे छड़ नहीं सकदे, मगर परिवार दे आशीर्वाद लै के अज अमृतसर पूर्वी च आए हाँ और यही विश्वास नाल लै के आया कि इट्स नॉट अबाउट विनिंग और लूजिंग, इट्स अबाउट ड्यूटी, ये फर्ज की अदायगी बारी गल है और ये उस अहंकारी बंदे दे खिलाफ है जिन्हों प्यार करना सिखाउणा, उहदे अहंकार दे खिलाफ है जिहदे चो मैं कढ़नी है, उस अहंकारी दे खिलाफ है जिन्हों लोकां दी इज्जत करनी सिखाउणी है, कोई इहनू चैलेंज ना समझ लवे, कोई इहनू मिसरिप्रजेंट ना कर जाए या मिसरीड ना कर जाए, इट इज़ अबाउट द ड्यूटी और ड्यूटी निभाउण वास्ते मैं इत्थे आया, लोकां दे दिल जितण वास्ते, लोकां दे ये विश्वास दवाउण वास्ते कि जो तरक्की मजीठे च लै के आए सां या जद जद मौका मिलिया श्री अमृतसर साहब की जो सरकारां सी उस वेले जो तरक्की होई सी, अज जो मुद्दे 18 साल बाद भी
जिस इंसान नू जिस इंसान दे परिवार नू नवजोत सिंह सिद्धू नू इस एमपी दे रूप च एक वजीर दे रूप च एक एमएलए दे रूप च तिन्ने सरकारां हटाउण दा मौका मिलिया, मगर अज भी मुद्दा टुट्टियां सड़कां सीवरेज दा माड़ा प्रबंध पीण वाला पानी नहीं पहुँचना बिजली दियां मुश्किलातां डिवेलपमेंट सड़कां टुट्टियां जिन्ने वादे सन मैं अज नहीं याद करवाउणा चार्जशीट एक कढ़ांगे इन्हां दी कि कित्थे गया थोड़ा स्पोर्ट्स का स्टेडियम किन्नी वारी नींह पत्थर रख के लाते कित्थे गए वो आरओबी और कदे भी तुसी लोकां दे सुख दुख लई अवेलेबल नहीं रहे घर दे दरवाजे बंद सिवाए ते सिवाए अंकार तो जो लोकां नू बनदा सत्कार मान सी वो नहीं मिलिया। इसलिए अज इस हलके की पूरी सेवा ते उतर आए हैं ते मैं तो सिद्धू साहब बारे एको गल कह सकदा सिद्धू साहब थोड़ा अहंकार नू हटाउणा थोनू प्यार करना सिखाउणा और सिद्धू साहब नू जिन्हां दी मैं समझदा ना सोच है ना सच्चाई है बस आउंदी है लड़ाई है जिहदे मर्जी नाल बस लड़न भिड़न नू तैयार रहिंदे आ उहनां नू थोड़ा बहुता प्यार करना भी सिखावांगे इज्जत देना भी सिखावांगे ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿਖਾਵਾਂਗੇ ਛੋਟਿਆਂ ਨੂੰ ਪਿਆਰ ਕਰਨਾ ਵੀ ਸਿਖਾਵਾਂਗੇ। ਇਸ ਲਈ ਇਲੈਕਸ਼ਨ ਮੈਂ ਸਮਝਦਾ ਰਿਜ਼ਲਟ ਤਾਂ ਜਿਹੜਾ ਆਉਣਾ ਆਉਣਾ ਲੋਕਾਂ ਨੇ ਫੈਸਲਾ ਕਰਨਾ ਮਗਰ ਕਈਆਂ ਦੇ ਸੁਭਾਅ ਬਦਲਦੇ ਵਿਖਾਵਾਂਗੇ ਲੋਕਾਂ ਦੇ ਜਿਹਨਾਂ ਲੋਕਾਂ ਨੂੰ ਪੁੱਛਦੇ ਨਹੀਂ ਸੀ ਨਾ ਉਹਨਾਂ ਨੂੰ ਪੁੱਛਦੇ ਵਿਖਾਵਾਂਗੇ ਲੋਕਾਂ ਤੱਕ ਪਹੁੰਚਦੇ ਵਿਖਾਵਾਂਗੇ ਜਿਹੜੇ ਹਵਾ 'ਚ ਫਿਰਦੇ ਸੀ ਧਰਤੀ 'ਤੇ ਚੱਲਣਾ ਵੀ ਸਿਖਾਵਾਂਗੇ। ਕੋਈ ਸਵਾਲ ਜੀ ਤੁਹਾਡੇ मेरी जिंदगी च व्हाट नवजोत सिद्धू सेज और डजंट से हैज नो मीनिंग। मैं थोनू पहला भी दसता जब मैं हल्के च जांदा सी कई बुजुर्गां ने जब मेरे ते आप दा प्यार भरिया हथ रखिया मातावां ने रखिया मैनू एक गल कही कि अज वायदा कर हलका नहीं छेगा और मैनू ना यह महसूस होंदा सीगा कि यार दो हलकों से तो मैं एमएलए रह नहीं सकता रहना तो मैं एक चो ही हाँ और कई बड़े कैलकुलेटेडली चलते हैं कि यार सेफ बैट केड़ी आ सेफ बैट तो जिस हल्के ने हमेशा मैनू माण बख्शिया उन्होंने तो मैनू पूरी आस है कि ऐतकी भी एक तरफा फैसला सुना देना सी बट इट इज़ नॉट अबाउट माय कंफर्ट लेवल इट इज़ नॉट अबाउट माय सेफ्टी इट इज़ अबाउट ए श्री अमृतसर साहब के पूर्वी हल्के के विकास की गल है उस हल्के की डिवेलपमेंट की गल है उस हल्के च एक बंदे दे अहंकार नूं भन्नण की गल है उस बंदे की गल है जो बंदा आपदे 18 साल लोगों नूं झूठ का मॉडल पेश किया चीट का मॉडल फरेब का मॉडल पेश किया और मॉडल आई बारी जो चोणा आउंदी आ दसंबर के महीने च निकलदा ते मार्च के महीने च गवाच जांदा उस बंदे नूं सिखाउण दी बारी है।